ਇਹਨਾਂ ਦਾ ਦੁੱਧ ਪੀਣ ਵਾਲਿਆਂ ਨੂੰ ਬੇਨਤੀ ਹੈ ਜੇ ਦੁੱਧ ਪੀ ਸਕਦੇ ਆ ਨਾ ਆਪਾਂ ਇਹਨਾਂ ਨੂੰ ਸੰਭਾਲਿਆ ਜ਼ਰੂਰ ਕਰੀਏ। ਥੱਲਿਓ ਗਲੀ ਪਈ ਸਾਰੀ ਕਿ ਕਿਸੇ ਦੇ ਘਰੋਂ ਬਿਮਾਰ ਹੋਈ ਆ ਤੇ ਉਹਨੇ ਛੱਡ ਦਿੱਤੀ ਏਦਾਂ। ਜੇ ਦੁੱਧ ਪੀਣਾ ਆਉਂਦਾ ਆ ਤੇ ਇਹਨਾਂ ਨੂੰ ਸੰਭਾਲਣਾ ਵੀ ਸਿੱਖੀਏ। ਕੜਕ ਕੀੜੇ ਪਏ ਹੋਏ ਆ ਤੇ ਵੀਰ ਮੇਰਾ ਜਿਹੜਾ ਵੀ ਏਦਾਂ ਕਰਦਾ ਹੈ ਨਾ ਗਾਵਾਂ ਦੁੱਧ ਦੁੱਧ ਪੀ ਕੇ ਛੱਡ ਦੇ, ਉਹਨਾਂ ਨੂੰ ਬੇਨਤੀ ਆ ਵੀ ਥੋੜੀ ਬੜੀ ਸ਼ਰਮ ਕਰਿਆ ਕਰੋ। ਸਿਰਫ ਦੁੱਧ ਪੀਣ ਵਾਲਾ ਮਸਲਾ ਨਾ ਰੱਖੋ, ਇਹਨਾਂ ਨੂੰ ਸੇਵਾ ਕਰਨ ਵਾਲਾ ਵੀ ਰੱਖੋ। ਹਾਂਜੀ ਵੀਰ ਜੀ, ਕੋਈ ਵੀ ਡਾਕਟਰ ਜਾਂ ਸੰਸਥਾ ਵਾਲਾ ਕੋਈ ਜਾਨਵਰ ਸੰਭਾਲਦਾ ਹੋਵੇ ਤਾਂ ਬੇਨਤੀ ਆ ਉਹਨੂੰ ਕਿ ਇਹਦਾ ਚੱਡਾ ਖਰਾਬ ਹੋਇਆ ਬਿਲਕੁਲ ਤੇ ਥਾਣੇ ਦੇ ਗਲ ਗਏ ਆ, ਬਹੁਤ ਜ਼ਿਆਦਾ ਬੁਰਾ ਹਾਲ ਆ। ਇਹ ਪਿੰਡ ਕੋਟ ਬੁੱਢਾ ਤਹਿਸੀਲ ਪੱਟੀ 'ਚ ਪੈਂਦਾ ਕੋਟ ਬੁੱਢਾ, ਉੱਥੇ ਅੱਡੇ 'ਤੇ ਰਹਿੰਦੀ ਗਾਂ ਹੈ। ਇਹਦੇ ਚੱਡੇ 'ਚ ਕੋਈ ਪ੍ਰੋਬਲਮ ਆ ਗਈ, ਬਹਾਨਾ ਸੁੱਜਾ ਬਹੁਤ ਪਿਆ ਸੀ ਅਤੇ ਉਸੇ ਚੀਜ਼ ਤੋਂ ਜ਼ਖਮ ਬਣ ਕੇ ਅਤੇ ਕੀੜੇ ਪੈ ਗਏ ਆ। ਅਤੇ ਕੋਈ ਵੀ ਡਾਕਟਰ ਵੀਰ ਜਾਂ ਕੋਈ ਵੀ ਹੈਗਾ ਵਾ ਸੰਸਥਾ ਵਾਲਾ ਕੋਈ ਵੀ ਜਿਹੜੇ ਗਾਵਾਂ ਸੰਭਾਲ ਸਕਦੇ ਆ, ਉਹ ਵੀਰ ਮੇਰੇ ਨੂੰ ਬੇਨਤੀ ਆ ਕਿ ਜੇ ਇਸ ਚੀਜ਼ ਦਾ ਕੋਈ ਬਿਮਾਰੀ ਦਾ ਇਲਾਜ ਹੈਗਾ ਤਾਂ ਜ਼ਰੂਰ ਸੰਪਰਕ ਕਰਨ। ਕੋਟ ਬੁੱਢੇ ਅੱਡੇ ਦੇ ਉੱਤੇ ਰਹਿੰਦੀ ਗਾਂ ਹੈ, ਗੁਰਦੁਆਰਾ ਸਾਹਿਬ ਦੇ ਲਾਗੇ ਹੀ ਆ। ਇਸ ਵਕਤ ਇੱਥੇ ਖਲੋਤੀ ਹੋਈ ਅੱਡੇ ਦੇ ਉੱਤੇ ਹੀ ਆ ਅਤੇ ਬੇਨਤੀ ਆ ਕਿ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਇਹਦੀ ਬਿਮਾਰੀ ਦਾ ਕੋਈ ਨਾ ਕੋਈ ਇਲਾਜ ਹੋ ਸਕੇ। ਉਹ ਸਾਰਾ ਖੂਨ ਉੱਦਾਂ ਚੋਈ ਜਾਂਦਾ ਵਾ, ਬੁਰੀ ਹਾਲਤ ਬਹੁਤ ਜ਼ਿਆਦੀ ਆ, ਖੂਨ ਵੀ ਇਹਦਾ ਚੋਣ ਡਿਆ ਹੈ। ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ, ਕਿਸੇ ਨਾ ਕਿਸੇ ਦੇ ਮਨ 'ਚ ਰਹਿਮ ਆ ਜਾਵੇ ਸ਼ਾਇਦ ਅਤੇ ਕੋਈ ਨਾ ਕੋਈ ਇਹਦਾ ਇਲਾਜ ਕਰ ਸਕਦਾ ਹੋਵੇ ਤਾਂ ਵੀਰ ਮੇਰਾ ਜ਼ਰੂਰ ਸ਼ੇਅਰ ਕਰਕੇ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ।